मोगा के बदनी के नज़दीक पिंड विच बने एक किसान फिलिंग स्टेशन ते अज्ञात हमलावरां ने हमला करके इत्थे सुते पए करिंदे दा कतल कर दिता। कतल दी सारी घटना सीसीटीवी कैमरे विच कैद हो गई। पुलिस ने मौके ते आके जांच शुरू कर दिती है अते पुलिस दा दावा है कि कातला नूं जल्द ही गिरफ्तार कर लिया जाएगा। उधर मौके ते पहुंचे पेट्रोल पंप दे मालक ने दस्या कि करिंदा जद पेट्रोल पंप बंद करके सुत्ता पिया सी तां उस ते हमला होया। पहला तेल पाउण आए वो मान लो उत्थे पैसे पिछे लैन देन पिछे भी वह कहिंदे दित्ते आ, वह कहिंदे नहीं दित्ते, वह बोल के गए आ, मगरों पैसे दे के गए, मगरों अद्धे घंटे बाद फिर वापस आए। फिर वो पहला दो बंदे सी, फिर पांच छे बंदे सीगे, पांच छे बंदे सीगे उन्होंने मगरों, मान लो दो तो पहला आया तो दो चार बंदे पासे खड़े सी। पहचान भी हुई बंदे दी? नहीं, हजे कोई पहचान नहीं होएगी। ਮੌਕੇ ਤੇ ਸੀਸੀਟੀਵੀ ਲੱਗੀ, ਸੀਸੀਟੀਵੀ ਆਈ ਹੈ ਸਾਹਮਣੇ। ਹਾਂ, ਸੀਸੀਟੀਵੀ ਉਹ ਚ ਪਹਿਚਾਨ ਨਹੀਂ ਆ ਰਹੀ, ਫੋਟੋ ਤਾਂ ਆ ਰਹੀ ਆ ਲੇਕਿਨ ਕਲੀਅਰ ਨਹੀਂ ਹੋਇਆ ਪੂਰਾ ਇਹਦਾ ਕਈ। ਉਹ ਮੇਰਾ ਬ੍ਰਦਰ ਆਈ ਉਹਦਾ ਨਾਮ ਜਗਿੰਦਰ ਸਿੰਘ ਹੈ, ਠੀਕ ਹੈ ਜੀ। ਉ
उन्होंने फिर आके शटर खड़काया, इन्होंने शटर खोलिया, उन्होंने अंदरों खड़ के खिंच लिया वो नाल ही उदों नूं कुट्टण मारन पए। कौन सी बंदे जी पता नहीं लग्या अजे तक कौन सी। इहदे कोई सीसीटीवी भी सामने आई है? आई है जी, थोड़ी बहुत ही आई है, क्लीयर नहीं आ रही सारी, थोड़ी बहुत ही आई है। पहला कोई रंजिश सी उहदी? किसी ना रंजिश नहीं जी, किसी बंदे ना भी पिंड च, किसी ना ना बाहर ना कितने अंदर कितने भी नहीं। की मांग की करदे हो तुसीं? मांग ही इंसाफ चाहिए सानू जी। वो भाई रात को 11:30 बजे बंदे आए आ, जोगिंदर सिंह साडा मुलाजम सीगा, उन्हें जो गेट खोलिया वो बेसबाल ना उन्होंने हमला करता वो अगे भज पिया उन्होंने, तो गांह जाके वो एक साढ़े कोले घर आ एक उत्थे जाके उन्होंने टालिया बुरी तरह ना, वो बेचारे की कुटमार की उन्होंने, वो सिर च बहुत बुरी तरह मारिया तो उसकी मौत हो गई जी। किन्ने बजे की घटना जी? 11:30 के करीब की घटना जी। कोई उसकी पुरानी रंजिश सी? नहीं कोई यह जो तो बेचारा शरीफ बंदा सी, कोई उसकी रंजिश नहीं सी किसी ना, कोई ਉਹਦੀ ਕੋਈ ਕੋਈ ਕਿਸੇ ਨਾਲ ਹੈ ਹੀ ਨਹੀਂ ਸੀ ਇਹ ਜੀ ਕੋਈ ਗੱਲ, ਨਾ ਕੋਈ ਪਿੰਡ ਸੀ ਉਹਨਾਂ ਪਹਿਲਾਂ ਪਤਾ ਲੱਗਿਆ ਤੇਲ ਪਵਾ ਕੇ ਗਏ ਆ ਉਹ ਅੱਧੇ ਘੰਟੇ ਪਹਿਲਾਂ? ਕਹਿੰਦੇ ਆ ਜੀ ਕੋਈ ਹਜੇ ਪੱਕਾ ਕਲੀਅਰ ਗੱਲ ਕੁਛ ਨਹੀਂ ਹੈ ਵੀ ਤੇਲ ਪਵਾ ਕੇ ਗਏ ਆ ਕੀ ਹੋਇਆ ਕੀ ਨਹੀਂ ਹੋਇਆ, ਹਜੇ ਸਾਨੂੰ ਇਹਦੇ ਬਾਰੇ ਪਤਾ। ਉਹਦੇ ਵਿੱਚ ਸੀਸੀਟੀਵੀ ਵੀ ਜਿਹੜੀ ਹੈਗੀ ਸਾਹਮਣੇ ਆਈ ਹੈਗੀ ਹੈ, ਕੀ ਹੈ ਸੀਸੀਟੀਵੀ? ਉਹ ਦੋ ਮੁੰਡਿਆਂ ਦੀਆਂ ਫੋਟੋ ਆਉਂਦੀਆਂ ਜੀ ਵਿੱਚ, ਉਹਨਾਂ ਦੀ ਪਛਾਣ ਕਲੀਅਰ ਨਹੀਂ ਆਉਂਦੀ ਉਹਦੇ 'ਚ। ਹੁਣ ਜਿਹੜੀ ਹੈ ਪੁਲਿਸ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ? ਪੁਲਿਸ ਬਹੁਤ ਤੇਜ਼ੀ ਨਾਲ ਜਾਂਚ ਕਰ ਰਹੀ ਹੈ ਜੀ, ਪੁਲਿਸ ਤੜਕੇ ਤੋਂ ਕਿਤੇ ਡੀ ਐੱਸ ਪੀ ਸਾਹਿਬ ਮਿਲਦਾ, ਸਾਰੇ ਜ਼ਿਲ੍ਹੇ ਦੇ ਡੀ ਐੱਸ ਪੀ ਸਾਹਿਬ ਆ ਕੇ ਗਏ ਆ, ਐੱਸ ਪੀ ਸਾਹਿਬ ਆ ਗਏ, ਏ ਐੱਸ ਪੀ ਸਾਹਿਬ ਲੱਗੇ ਹੋਏ ਆ, ਹੁਣ ਸ਼ਾਇਦ ਐੱਸ ਐੱਸ ਪੀ ਸਾਹਿਬ ਵੀ ਚੱਲੇ ਆ, ਕਿ ਪੁਲਿਸ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ, ਇਹੋ ਜਿਹੀ ਗੱਲ ਨਹੀਂ ਹੈ ਕੋਈ। ਥਾਣੇ ਬੱਧਨੀ ਦੇ ਵਿੱਚ ਇੱਕ ਆਪਣੇ ਪਿੰਡ ਬਾਰਡਰ ਦੇ ਕਿਸਾਨ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਹੈਗਾ ਵਾ, ਉੱਥੇ ਇੱਕ ਮੁੰਡਾ ਜਿਹੜਾ ਜੋਗਿੰਦਰ ਸਿੰਘ ਨਾਮ ਦਾ ਸੇਲਜ਼ਮੈਨ ਸੀਗਾ, ਉਹ ਰਾਤ ਆਪਣਾ ਪੰਪ ਬੰਦ ਕਰਕੇ ਆਪਣੇ ਕਮਰੇ ਦੇ ਵਿੱਚ ਪੈ ਗਏ ਸੀਗੇ, ਤਾਂ ਕਰੀਬ 11:30 ਵਜੇ ਉਹਨਾਂ ਦਾ ਜਿਹੜਾ ਹੈਗਾ ਸ਼ਟਰ ਖੜਕਾਇਆ ਉਹਨੇ ਮੁੰਡੇ ਨੇ, ਜਦੋਂ ਜੋਗਿੰਦਰ ਸਿੰਘ ਨੇ ਸ਼ਟਰ ਖੋਲ੍ਹਿਆ ਤਾਂ ਉਹ ਜਿਹੜਾ ਹੈਗਾ ਮੁੰਡਾ ਉਹਨਾਂ ਨੇ ਫੜ ਲਿਆ ਦੋਨਾਂ ਜਣਿਆਂ ਨੇ ਮੁੰਡਿਆਂ ਨੇ, ਤਾਂ ਜਦੋਂ ਉਹ ਉਹਨਾਂ ਤੋਂ ਛੁਡਾ ਕੇ ਭੱਜਿਆ ਸੜਕ ਵੱਲ ਨੂੰ ਪਿੰਡ ਬਾਰਡਰ ਵੱਲ ਨੂੰ ਭੱਜਿਆ, ਤਾਂ ਕਰੀਬ ਪੈਟਰੋਲ ਪੰਪ ਤੋਂ 50 ਮੀਟਰ ਅੱਗੇ ਹੀ ਜਿਹੜਾ ਹੈਗਾ ਵਾ ਉਹਦੇ ਬੇਸਬਾਲਾਂ ਨਾਲ ਜਿਹੜਾ ਹੈਗਾ ਉੱਥੇ ਹਮਲਾ ਕੀਤਾ, ਉਹਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ, ਉਹ ਬੇਸਬਾਲ ਵੀ ਜਿਹੜਾ ਹੈਗਾ ਵਾ ਮਤਲਬ ਇੰਨੀ ਜ਼ੋਰ ਦੀ ਵਜ੍ਹਾ ਕਿ ਟੁੱਟ ਗਿਆ ਸੀਗਾ, ਬੇਸਬਾਲ ਦੇ ਵੀ 2 ਟੁਕੜੇ ਹੋ ਗਏ ਸੀਗੇ। ਹੁਣ ਜਿਹੜੀ ਪੁਲਿਸ ਉਸ ਦੀ ਜਾਂਚ ਕਰ ਰਹੀ ਆ, ਇਹਦੀ FIR ਲੌਜ ਕਰ ਦਿੱਤੀ ਗਈ ਆ, ਸਾਡੇ ਇੰਸਪੈਕਟਰ ਸਾਹਿਬ ਜਿਹੜੇ ਹੈਗੇ SHO ਸਾਹਿਬ ਬੱਧਨੀ ਕਲਾਂ ਉਹ ਇਹਦੀ ਜਾਂਚ ਕਰ ਰਹੇ ਆ, ਨਾਲ ਅਸੀਂ ਸਹਿਯੋਗ ਦੇ ਰਹੇ ਹਾਂ, ਨਾਲ ਸਾਡੇ ਸੀਨੀਅਰ ਅਫੀਸਰ ਜਿਹੜੇ ਹੈਗੇ ਆ ਉਹ ਵੀ ਜਾਂਚ ਕਰ ਰਹੇ ਆ। ਕੋਈ ਪਹਿਚਾਣ ਵੀ ਹੋਈ ਹੈ? ਆਰੋਪੀਆਂ ਦੀ ਪਹਿਚਾਣ ਹਜੇ ਹੋਈ ਨਹੀਂ ਹੈ, ਪਰ ਜਲਦੀ ਹੋ ਜੂਗੀ, ਅਸੀਂ ਲੱਗੇ ਹੋਏ ਹਾਂ ਇਸ ਕੰਮ ਦੇ ਵਿੱਚ, ਬੜੀ ਜਲਦੀ ਜਿਹੜੀ ਉਹਨਾਂ ਦੀ ਪਹਿਚਾਣ ਹੋ ਜੂਗੀ, ਕਿਉਂਕਿ ਉਹ ਸੀਸੀਟੀਵੀ ਵੀ ਸਾਹਮਣੇ ਆਈ ਹੈਗੀ। ਹਾਂ, ਸੀਸੀਟੀਵੀ ਤੋਂ ਹੀ ਅਸੀਂ ਕਹਿ ਰਹੇ ਹਾਂ ਵੀ ਉੱਥੋਂ ਜੋ ਸਾਨੂੰ ਮਿਲਦਾ ਪਿਆ ਕਲਿਓ ਉਸ ਹਿਸਾਬ ਨਾਲ ਅਸੀਂ ਅੱਗੇ ਚੱਲ ਰਹੇ ਹਾਂ, ਜੋ ਵੀ ਹੋਊਗੀ ਉਹ ਆਜੂਗੀ ਸਾਹਮਣੇ ਥੋੜ੍ਹੇ ਦਿਨਾਂ 'ਚ। ਦੋ ਅਣਪਛਾਤੇ ਨੌਜਵਾਨ ਆਉਂਦੇ ਆ ਔਰ ਪੰਪ 'ਤੇ ਮੈਨੇਜਰ ਔਰ ਇਹ ਲੜਕਾ ਜੋ ਸੇਲਜ਼ਮੈਨ ਦਾ ਕੰਮ ਕਰਦਾ ਜੋਗਿੰਦਰ, ਇਹਨਾਂ ਦੇ ਨਾਲ ਇਹਨਾਂ ਦੀ ਕੋਈ ਗੱਲਬਾਤ ਹੁੰਦੀ ਹੈ ਅਤੇ ਉਹ ਇਹਦੇ ਆ ਕੇ ਅਟੈਕ ਕਰਦੇ ਨੇ ਬੇਸਬਾਲ ਬੈਟਸ ਦੇ ਨਾਲ, ਅਤੇ ਇਹਦੀ ਹੈੱਡ ਇੰਜਰੀ ਹੋ ਜਾਂਦੀ ਹੈ ਜਿਹਨੂੰ ਇਹ ਜੇਰੇ ਇਲਾਜ ਇਹਦੀ ਮੌਤ ਹੋ ਜਾਂਦੀ ਹੈ, ਅਤੇ ਇਹਦੇ ਅਸੀਂ ਟੀਮਸ ਡਿਬਿਊਟ ਕੀਤੀਆਂ ਹੋਈਆਂ ਨੇ ਥਾਣਾ ਬੱਧਨੀ ਦੀ, CIA ਸਟਾਫ, ਟੈਕਨੀਕਲ ਸਟਾਫ ਸਾਡਾ ਸਾਰਾ ਲੱਗਿਆ ਹੋਇਆ ਐਂਡ
इनू असी जल्द ट्रेस कर वजह की रही मैम कुछ पता लग गया हजे तफ्तीश चल रही है कुछ एंगल्स है साडे कोल मल्टीपल एंगल्स से काम कर रहे हैं टेक्निकली भी चल रहा है एंड अदरवाइज भी सोर्सेज के थ्रू भी चल रहा है।